ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੀਤੇ ਦਿਨੀ ਅਲੀ ਮੰਗੜ ਨੂੰ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਸੀ, ਜਿਸ ਦੇ ਚੱਲਦਿਆਂ ਅੱਜ ਅਲੀ ਮੰਗੜ ਨੂੰ ਜੇਲ੍ਹ ਤੋਂ ਘਰ ਲਿਆਉਣ ਲਈ ਉਹਨਾਂ ਦੇ ਦੋਸਤਾਂ ਅਤੇ ਫੈਨਸ ਦਾ ਲੰਬਾ ਕਾਫਿਲਾ ਜੇਲ੍ਹ ਪਹੁੰਚਿਆ ਤੇ ਅਲੀ ਮੰਗੜ ਨੂੰ ਚਿੱਟੇ ਰੰਗ ਦੀ ਰੇਂਜ ਰੋਵਰ ਵਿੱਚ ਘਰ ਲਿਆਂਦਾ ਗਿਆ। ਜਦੋਂ ਸਾਡੀ ਟੀਮ ਵੱਲੋਂ ਇਸ ਸਾਰੇ ਮਾਮਲੇ ਵਿੱਚ ਅਲੀ ਮੰਗੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਪੋਰਟ ਕਰਨ ਵਾਲੇ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਨੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੁਣ ਕੋਈ ਲਾਈਵ ਜਾਂ ਰੌਲਾ ਰੱਪਾ ਨਾ ਪਾਇਆ ਜਾਵੇ। ਇਸ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਬਿਲਕੁਲ ਠੀਕ ਠਾਕ ਹਨ ਤੇ ਜੇਲ੍ਹ ਵਿੱਚ ਉਹਨਾਂ ਨਾਲ ਵਧੀਆ ਵਰਤਾਓ ਕੀਤਾ ਗਿਆ। ਤੁਸੀਂ ਸਾਰਿਆਂ ਨੇ ਸਪੋਰਟ ਕਰੀ, ਚੈਨਲ ਵਾਲਿਆਂ ਨੇ, ਸਾਰਿਆਂ ਨੇ ਜਿੰਨੇ ਵੀ ਚੈਨਲ ਵਾਲੇ ਸੀਗੇ ਪੋਜ਼ਿਟਿਵਿਟੀ ਦਿਖਾਈ, ਇਹਨੂੰ ਦੇਖ ਕੇ ਬਹੁਤ ਚੰਗਾ ਲੱਗਿਆ ਜੀ। ਭਾਈ ਜਿੰਨੇ ਵੀ ਮੇਰੇ ਸਪੋਰਟਰ ਆ, ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਹੁਣ ਕੁਛ ਕਿਸੇ ਨੇ ਲਾਈਵ ਕੁਛ ਨਹੀਂ ਪਾਉਣਾ, ਨਾ ਕੋਈ ਆਪਾਂ ਰੌਲਾ ਜੱਪਾ ਕਰਨਾ, ਜੋ ਹੋਣਾ ਸੀਗਾ ਉਹ ਹੋ ਚੁੱਕਿਆ ਅਤੇ ਬਾਕੀ ਸਾਰਿਆਂ ਨੂੰ ਦਿਲੋਂ ਮੇਰਾ ਧੰਨਵਾਦ ਆ ਜਿੰਨੇ ਵੀ ਜਾਣੇ ਹੁਣ ਤੱਕ ਮੇਰੇ ਨਾਲ ਖੜ੍ਹੇ ਰਹੇ ਹੋ ਅਤੇ ਆਈ ਮੇਰੇ ਨਾਲ ਸਪੋਰਟ ਕਰਦੇ ਰਹੇ ਹੋ। ਤੁਹਾਡੇ ਕਰਕੇ ਹੀ ਮੈਂ ਭੱਜਿਆ ਫਿਰਦਾ, ਤੁਹਾਡੇ ਸਟੈਂਡ ਕਰਕੇ ਹੀ ਮੈਂ ਉੱਥੇ ਗਿਆ ਸੀਗਾ। ਸੋ ਸਾਰਿਆਂ ਨੇ ਸਪੋਰਟ ਕੀਤੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਵੀ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਐਲੀ ਦੇ ਬਾਹਰ ਆਉਣ 'ਤੇ ਤੁਹਾਨੂੰ ਕਿਵੇਂ ਲੱਗਿਆ। ਇਸ ਤਰ੍ਹਾਂ ਦੀਆਂ ਹਰ ਨਵੀਆਂ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।